ਪਿੱਛੇ ਘਰਦਿਆਂ ਨੇ ਸਾਡੇ ਸਾਥੀ ਲਾਈ ਲਈ ਮਹਾਂਪੁਰਖਾਂ ਦੀ ਬਾਬਾ ਮਾਹ ਨਾਮ ਸਿੰਘ ਜੀ ਜਦੋਂ ਇਹਨਾਂ ਨੇ ਮੈਨੂੰ ਸੁਣਾਈ ਮੈਨੂੰ ਬੜੀ ਅੱਛੀ ਲੱਗੀ ਸਰ ਬੜੀ ਅੱਛੀ ਲੱਗੀ ਸੀ ਕਈਆਂ ਨੇ ਹੁਣ ਕੋਈ ਸੁਣੀ ਹੈ ਬਹੁਤਿਆਂ ਨੇ ਨਹੀਂ ਵੀ ਸੁਣੀ ਇੱਕ ਬੱਚੀ ਤੇ ਉਹਦੀ ਮਾਂ ਧਿਆਨ ਨਾਲ ਸੁਣਿਆ ਇੱਕ ਬੱਚੀ ਤੇ ਉਹਦੀ ਮਾਂ ਇਹ ਦੋਨੋਂ ਰੋਂਦੇ ਕੁਰਲਾਉਂਦੇ ਹੋਏ ਆ ਗਏ ਮਹਾਂਪੁਰਖਾਂ ਕੋਲ ਧੰਨ ਧੰਨ ਬਾਬਾ ਮਾਹ ਰਾਮ ਸਿੰਘ ਜੀ ਉਹ ਮਾਂ ਕਹਿਣ ਲੱਗੀ ਕਹਿੰਦੇ ਮਹਾਂਪੁਰਸ਼ੋ ਬੜਾ ਗੰਦਾ ਜਵਾਈ ਮਿਲੇ ਬੜਾ ਗੰਦਾ ਜਵਾਈ ਕਿਉਂ ਸ਼ਰਾਬਾਂ ਪੀਂਦਾ ਬਕਵਾਸ ਕਰਦਾ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਧੋਖਾ ਕਰਦਾ ਕੁੜੀ ਮੈਂ ਇੱਥੇ ਇੱਕ ਗੱਲ ਕਹਾਂਗਾ ਜਿਨ੍ਹਾਂ ਦੇ ਜਵਾਈ ਸ਼ਰਾਬਾਂ ਨਹੀਂ ਪੀਂਦੇ ਬਾਣੀ ਨਾਲ ਜੁੜੇ ਨੇ ਸ਼ੁਕਰ ਮਨਾਓ ਸ਼ੁਕਰ ਮਨਾਓ ਜਿਨ੍ਹਾਂ ਦੇ ਜਵਾਈ ਸ਼ਰਾਬਾਂ ਨਾਲ ਨਹੀਂ ਜੁੜੇ ਚੰਗੀ ਸੰਗਤ ਨਾਲ ਜੁੜੇ ਹੋਏ ਨੇ ਨਹੀਂ ਤਾਂ ਪੁੱਛੋ ਉਹਨਾਂ ਮਾਵਾਂ ਨੂੰ ਉਹਨਾਂ ਧੀਆਂ ਨੂੰ ਸਤਸੰਗ ਜਿਨ੍ਹਾਂ ਦੇ ਆਦਮੀ ਜੂਏ ਦੇ ਵਿੱਚ ਜਿਨ੍ਹਾਂ ਦੇ ਆਦਮੀ ਸ਼ਰਾਬਾਂ ਦੇ ਵਿੱਚ ਕਈ ਵਾਰੀ ਨਾ ਚੀਜ਼ ਸੌਖੀ ਮਿਲ ਜਾਏ ਚੰਗੀ ਮਿਲ ਜਾਏ ਸਸਤੀ ਮਿਲ ਜਾਏ ਅਤੇ ਕਦਰ ਨਹੀਂ ਪੈਂਦੀ ਕਦਰ ਨਹੀਂ ਪੈਂਦੀ ਜੇ ਉਹ ਜਵਾਈ ਪਿਆਕੜ ਮਿਲਿਆ ਹੋਵੇ ਡਾਂਗ ਦੇਣ ਵਾਲਾ ਮਿਲਿਆ ਫਿਰ ਸਮਝ ਲੱਗਦੀ ਹੈ ਬੰਦੇ ਨੂੰ ਕਿੱਥੇ ਫਸੇ ਕਈ ਵਾਰੀ ਜਵਾਈ ਮਿਲਿਆ ਉਹਦਾ ਨਾਮ ਜਪਣ ਵਾਲਾ ਬੰਦਗੀ ਕਰਨਾ ਸੱਸ ਨੇ ਤਾਂ ਵੀ ਬੋਲਣਾ ਹੁੰਦਾ ਸੱਸ ਕੁੜੀ ਦੀ ਮਾਂ ਨੇ ਅਸੀਂ ਤਾਂ ਫਸ ਗਏ ਜੀ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਮਹਾਂਪੁਰਖਾਂ ਦੀ ਸੰਗਤ ਕਰਨ ਵਾਲਾ ਤਾਂ ਵੀ ਕੁੜੀ ਦੀ ਮਾਂ ਫਸ ਗਈ ਜੀ ਅੱਗੋਂ ਉਹ ਬੱਚੀ ਮੇਰੇ ਤੋਂ ਭਾਗ ਫੁੱਟ ਗਏ ਜੀ ਮੁੰਡਾ ਨਾਮ ਜਪਦਾ ਮੁੰਡਾ ਬੰਦਗੀ ਕਰਦਾ ਮੁੰਡਾ ਮਹਾਂਪੁਰਖਾਂ ਦੀ ਸੰਗਤ ਕਰਦਾ ਤੇ ਅੱਗੋਂ ਬੱਚੀ ਕਹਿ ਰਹੀ ਮੇਰੇ ਭਾਗ ਫੁੱਟ ਗਏ ਮੈਂ ਵੇਖਿਆ ਐਸੀਆਂ ਬੀਬੀਆਂ ਐਸੀਆਂ ਪਿਆਰੀਆਂ ਰੂਹਾਂ ਨੂੰ ਮੈਂ ਵੇਖਿਆ ਹੁਣ ਕੀ ਕਹੀਏ ਉਹ ਸ਼ੁਕਰ ਕਰੋ ਕਿ ਬੱਚਾ ਸਹੀ ਟਰੈਕ ਵਾਲਾ ਮਿਲਿਆ ਹੈ ਸਹੀ ਟਰੈਕ ਵਾਲਾ ਮਿਲਿਆ ਹੁਣ ਉਹ ਦੋਨੋਂ ਮਾਂ ਧੀ ਜਦੋਂ ਮਹਾਂਪੁਰਖਾਂ ਕੋਲ ਆਏ ਮਹਾਂਪੁਰਖ ਬਹੁਤ ਦੁਖੀ ਹੋਏ ਹੋਏ ਬੜਾ ਬਕਵਾਸ ਕਰਦਾ ਸ਼ਰਾਬਾਂ ਪੀ ਕੇ ਬਹੁਤ ਔਖਾ ਕਰਦਾ ਡਾਢਾ ਰੂਪ ਵੀ ਵਿਖਾਉਂਦਾ ਕੀ ਕਰੀਏ ਮਹਾਂਪੁਰਖਾਂ ਨੇ ਬੱਚੀ ਨੂੰ ਕਿਹਾ ਬੇਟਾ ਕੁਛ ਪੜ੍ਹੀ ਹੋਣੀ ਜੀ ਪੜ੍ਹੀ ਹੋਣੀ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਨਹੀਂ ਪਾਠ ਤਾਂ ਨਹੀਂ ਕਰਦੇ ਅੱਛਾ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਫਿਰ ਕਿਵੇਂ ਗੱਲ ਬਣੇਗੀ ਮਹਾਂਪੁਰਖੋ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਕਿਉਂਕਿ ਜਦੋਂ ਬੰਦਾ ਥੱਕ ਹਾਰ ਜਾਂਦਾ ਨਾ ਫਿਰ ਜਿੱਥੇ ਦਾ ਇੱਕ ਆਸਰਾ ਨਜ਼ਰ ਆਉਂਦਾ ਬੰਦਾ ਉੱਥੇ ਢਹਿ ਜਾਂਦਾ ਢਹਿ ਜਾਂਦਾ ਔਰ ਬਚਨ ਕਮਾਣ ਕਰਕੇ ਫਿਰ ਬਖਸ਼ਿਸ਼ ਵੀ ਹੋ ਜਾਂਦੀ ਮੈਨੂੰ ਯਾਦ ਹੈ ਕੋਈ ਮਸਲਾ ਕਿਸੇ ਬੱਚੇ ਦਾ ਬੱਚੀ ਦਾ ਬੱਚੀ ਬੜੀ ਤੱਤੀ ਜੀ ਅੱਗ ਇਹ ਤਾਂ ਉਹਦੀ ਮਾਂ ਵੀ ਕਹਿੰਦੀ ਅੱਗ ਉਹ ਦੋਨੋਂ ਪਰਿਵਾਰ ਜੋ ਦਾਸ ਦੇ ਕੋਲ ਆ ਕੇ ਬੈਠੇ ਸਾਸ ਮਤਲਬ ਹਾਲੇ ਇੱਕ ਹਫ਼ਤਾ ਹੋਇਆ ਸੀ ਬੱਚੀ ਕਹਿੰਦੀ ਜੀ ਮੈਨੂੰ ਤਲਾਕ ਚਾਹੀਦੀ ਮੁੰਡੇ ਨੂੰ ਕਹਿੰਦੀ ਆਪਣੇ ਪਿਓ ਤੋਂ ਅਲੱਗ ਹੋ ਜਾਓ ਮਾਂ ਬਾਪ ਤੋਂ ਅਲੱਗ ਹੋ ਜਾਓ
एक हफ्ते च एक हफ्ते च बच्ची ने जज भी कर लिया कि इदा का इदा का मतलब हफ्ते च कोई जज कर सकता है जी। मैं समझ गया मैं कुछ हो रही है। मैं बड़े प्यार दे नाल दोनों परिवारों को बुलाया बिठाया समझाया फिर बच्ची नूं मैं समझाया मैं कहा बेटे चलो बड़ियां गल्लां होईयां बड़ियां गल्लां होईयां मणेवा करवाया मैं कहा बेटा जे बसना चाहती है तो क्रोध नूं काबू कर क्योंकि जदों क्रोध आ जांदा ना बंदे नूं मैं उस बच्ची की गल नहीं मैं सब की गल कर रहा बंदे ते जो क्रोध आ जाता है ना बंदा वसो बाहर हो जाता क्रोध है ही इतना चंडा क्रोध गुस्सा इतना माड़ा होता है सास किसी का भी जो बंदे नूं गुस्सा आ गया सोचण समझण की शक्ति खत्म हो जाती खत्म हो जाती फिर क्रोध उहदे कोल उह कुछ करवा देता है बाद च बंदा मत्थे पिटदा रह जाता है। मैं वो बच्ची नूं समझाया मैं कहा बेटे दूजा उहदी माता नूं समत दित्ती हथ बन के मैं कहा भैन जी ना विच पाओ बच्ची नूं बस लैण बस लैण जिहड़ियां बच्चियां सत्संगत जदों विआह होण लगदा है दास दे कोल कितें मतलब पंज मिंट अगर वो बहिंदियां तो मैं यही गल कहिंदा इक्को गल मैं कहिंदा मैं कहा आ पंगती हिरदे च वसा लियो बच्चियो आ पंगती तुम स्यो जोर अवर संग तोरी ये महाराज ने कहा साची प्रीत हम तुम स्यो जोर जे बच्ची का लगाव पिछे लग्या रहा वो अगे बस ही नहीं सकती मतलब ही नहीं लड़का ही पाड़ के सुट दे वो अज उजड़ी कल उजड़ी उजड़े एवं महाराज ने कहा हब्बे साख कुड़ावे डीटी तो पल्ले टेंडे लागे मैं सारे साख संबंधी कुड़ावे करते ने ता मैं तेरे पल्ले लगे पहले कुड़ावे कीते कुड़ावे का मतलब यह नहीं कि बिल्कुल नाते ही छड़ देने नहीं नाते नहीं छड़ देने उधर का मोह उधर दी गंड साथ साथ थोड़ी जी नीवी कर दी सौरे का वसवस कई बारी दास बच्चियां नूं कहिंदा मैं कहा पुत्तर हुण इधर ज्यादा आ मां बाप तेरे हुण के कुड़ावे डीटी आखो सतनाम तेरे मां बाप कुड़ावे ते जेड़े मां बाप खिच पाई रखदे ने अपनी धीआं नूं मैनूं बख्श लैणा अपनी धी दा बेड़ा गर्क ओह आप करदे पए ने जेड़े खिच पा के रखदे ने ना अपनी धी नूं अपने वल वसण ही नहीं दिंदे। देखो कुड़ी तां बेचारी इन्ने साल मां बाप कोल रह के हुण गई उन्हें तो हाले टिकना है वसना है उहदे सहायक होंदी है फिर उहदी मां उहदे बाप नहीं बेटे जल्दी नहीं आने उत्थे बस कोई नहीं निक्कियां निक्कियां गल्लां तां होंदियां रहिंदियां निक्कियां निक्कियां हर घर च होंदियां हर घर च गलतियां होंदियां ठाठे बागे होंदे ने किहड़ा घर चलो मैनूं हाथ खड़े करके दस्सो किस घर च खड़का दड़का नहीं ਤੁਸੀਂ ਕਿਵੇਂ ਸਮਝ ਸਕਦੇ ਹੋ ਕਿ ਮੇਰੀ ਕੁੜੀ ਦੇ ਘਰ ਖੜਕਾ ਦੜਕਾ ਹੋਏਗਾ ਹੀ ਤੁਹਾਡੇ ਘਰ ਨਹੀਂ ਹੋਇਆ ਤੁਹਾਡੇ ਘਰ ਨਹੀਂ ਹੋਇਆ ਕਿਸ ਘਰ ਦੇ ਖੜਕਾ ਦੜਕਾ ਨਹੀਂ ਹੈ ਜੇ ਤੁਸੀਂ ਇਹ ਚਾਹੁੰਦੇ ਹੋ ਮੇਰੀ ਕੁੜੀ ਦੇ ਘਰ ਖੜਕਾ ਦੜਕਾ ਹੋਵੇ ਹੀ ਨਾ ਮਤਲਬ ਹੀ ਨਹੀਂ ਹੈ ਹੋਏਗਾ ਮਾੜਾ ਮੋਟਾ ਹੋਏਗਾ ਐਡਜਸਟਮੈਂਟ ਕਰਨੀ ਗ੍ਰਸਤੀ ਦਾ ਨਾਮ ਐਡਜਸਟਮੈਂਟ ਹੈ ਔਰ ਕੁੜੀ ਦੀ ਮਾਂ ਨੂੰ ਪਾਸੇ ਹੋਣਾ ਤਾਂ ਐਡਜਸਟਮੈਂਟ ਹੋ ਸਕਦੀ ਹੈ ਤੇ ਜੇ ਇੰਟਰਸ ਰਹੇਗੀ ਬੱਚੀ ਦੀ ਮਾਂ ਦੀ ਫਿਰ ਨਹੀਂ ਕੁਝ ਹੋ ਸਕਦਾ ਮੈਂ ਕਲੀਅਰ ਕਲੀਅਰ ਗੱਲ ਕਰ ਰਿਹਾ ਜੀ ਔਰ 2 ਸਾਲ ਮੈਂ ਹਰ ਵਾਰੀ ਇੱਕ ਗੱਲ ਕਹਿੰਦਾ 2 ਸਾਲ ਕਿਤੇ ਰਿਸ਼ਤਾ ਔਖੇ ਸੁੱਖੇ ਨਿਭਾ ਲਿਆ 2 ਸਾਲ ਮੂੰਹ ਪੈਂਦਿਆਂ ਪੈਂਦਿਆਂ ਕਹਿ ਜਾਂਦਾ ਇੱਥੇ ਤਾਂ ਹਫ਼ਤੇ ਬਾਅਦ ਹੀ ਬੰਦਾ ਬੱਚਾ ਅਗਰ ਕਹਿ ਦੇਵੇ ਕਿ ਮੈਂ ਤਾਂ ਰਹਿਣਾ ਹੀ ਨਹੀਂ ਫਿਰ ਕਿੱਥੇ ਟਿਕੇਗਾ ਕਿੱਥੇ ਟਿਕੇਗਾ ਦਾਸ ਨੇ ਜਦੋਂ ਸਮਝਾਇਆ ਸੱਸ ਮਤਲਬ ਮੇਰਾ ਖਿਆਲ ਹੈ 1.5-2 ਘੰਟੇ ਤੋਂ ਉੱਪਰ ਦਾ ਸਮਾਂ ਦਿੱਤਾ ਇੰਨਾ ਜ਼ੋਰ ਲਾ ਲਿਆ ਇੰਨਾ ਜ਼ੋਰ ਗੱਲ ਤਾਂ ਹੁੰਦੀ ਨਾ ਸੁਣ ਕੇ ਕਮਾਣ ਦੀ ਤੇ ਜਿਹਨੇ ਮਨ 'ਚ ਠਾਣਿਆ ਹੋਇਆ ਯਾਰ ਸੁਣ ਲਓ ਸੁਣਨ ਨੂੰ ਕੀ ਹੈ
ਕਰਨੀ ਤਾਂ ਮੈਂ ਆਪਣੀ ਹਾਂ। ਅੱਜ ਵੀ ਉਹਨਾਂ ਦੇ ਘਰ ਕਲੇਸ਼ ਬਾਜੀ ਤੇ ਥਾਣਾ ਚੱਲਦਾ ਪਿਆ ਜੀ, ਆਪੋ ਸਭ ਸੁਣਾ ਅੱਜ ਕਲੇਸ਼ ਬਾਜੀ ਤੇ ਥਾਣਾ। ਮੈਂ ਤਾਂ ਉਹ ਸਿੱਖ ਦਿੱਤੀ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿੰਦੇ ਨਾ ਕੋਈ ਕਮਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਤ, ਅਗਰ ਨਾ ਕਮਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਨਾ ਕਮਾਵੇ ਤੇ ਦੋਸ਼ ਦੇਵੇ ਫਲਾਣਾ ਮੁੰਡਾ ਏਦਾਂ ਹੈ, ਫਲਾਣੀ ਕੁੜੀ ਏਦਾਂ, ਫਲਾਣੇ ਦੀ ਕੁੜੀ ਏਦਾਂ, ਫਲਾਣੇ ਦਾ ਮੁੰਡਾ ਏਦਾਂ। ਮੈਂ ਦੋਨੋਂ ਧਿਰਾਂ ਦੀ ਹੁਣ ਗੱਲ ਕਰਨ ਲੱਗਾ। ਕਸੂਰ ਬੱਚੀ ਦਾ ਵੀ ਹੁੰਦਾ, ਕਸੂਰ ਸੱਸ ਦਾ ਵੀ ਹੁੰਦਾ, ਕਸੂਰ ਮੁੰਡੇ ਦਾ ਵੀ ਹੁੰਦਾ, ਕਸੂਰ ਕੁੜੀ ਦਾ ਵੀ ਹੁੰਦਾ। ਐਡਜਸਟਮੈਂਟ ਦਾ ਨਾਮ ਹੀ ਸਤਸੰਗ ਜੀ। ਮਹਾਂਪੁਰਖਾਂ ਨੇ ਕਿਹਾ, ਕਹਿਣ ਲੱਗੇ ਕਹਿੰਦੇ ਬੇਟਾ ਬਚਪਨ ਕਮਾਏ ਸਿਰ ਸੁੱਟ ਦਿੱਤਾ ਜੀ, ਕਹਿੰਦੇ ਜੀ ਜਿੱਦਾਂ ਕਹੋ ਜਿੱਦਾਂ ਕਹੋ, ਕਹਿੰਦੇ ਬਸ ਠੀਕ ਹੈ। ਇੱਕ ਆਪਣੇ ਆਦਮੀ ਨੂੰ ਕਹਿਣਾ ਕੁਝ ਕੁਝ ਨਹੀਂ, ਦੂਜਾ ਤੀਹ ਪਾਠ ਜਪਜੀ ਸਾਹਿਬ ਦੇ, ਕਹਿੰਦੇ ਤੀਹ ਪਾਠ ਜਪਜੀ ਸਾਹਿਬ ਦੇ ਤੂੰ ਕਰਨਾ। ਉਹ ਇੱਕ ਵਾਰੀ ਤਾਂ ਹੈਰਾਨ ਹੋ ਗਈ, ਜਿਵੇਂ ਇੱਕ ਪਾਠ ਨਹੀਂ ਕਰਦੀ ਤੀਹ ਪਾਠ, ਤੇ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਜੇ ਪੰਜਾਹ ਕਰ ਲਵੇ ਤੇ ਬੜੀ ਜਲਦੀ ਨਿਬੇੜਾ ਹੋ ਜਾਵੇ। ਸੰਤ ਜਪਾਵੇ ਜੇ ਪੰਜਾਹ ਪਾਠ ਕਰ ਲਵੇ ਤੇ ਬੜੀ ਜਲਦੀ ਨਿਬੇੜਾ ਹੋ ਜਾਵੇ। ਉਹ ਕਹਿੰਦੀ ਹੈ ਮਹਾਂਪੁਰਖੋ ਮੈਨੂੰ ਕੋਈ ਹੋਰ ਬੋਲਦਾ ਤੇ ਮੈਂ ਸ਼ਾਇਦ ਨਾ ਕਰਦੀ, ਮੈਨੂੰ ਤੁਹਾਡੇ ਉੱਤੇ ਯਕੀਨ ਹੈ। ਬਸ ਗੱਲ ਤਾਂ ਯਕੀਨ ਦੀ ਹੁੰਦੀ ਹੈ, ਗੱਲ ਅੰਦਰਲੇ ਪਿਆਰ ਦੀ ਹੁੰਦੀ। ਉਹ ਕਹਿੰਦੀ ਹੈ ਜੀ ਮੈਨੂੰ ਯਕੀਨ ਹੈ ਤੁਹਾਡੇ ਬੋਲਾਂ ਤੇ, ਭਾਵੇਂ ਮਰਦੀ ਨਾ ਕਰਾਂ ਮੈਂ ਕਰਾਂਗਾ ਮੈਂ ਕਰਾਂਗਾ। ਹੁਣ ਪੰਜਾਹ ਪਾਠ ਜਿਹੜਾ ਇੱਕ ਨਹੀਂ ਕਰ ਸਕਦਾ ਸੀ, ਉਹ ਪੰਜਾਹ ਪਾਠ ਦੀ ਸੋਚੋ ਸਾਰਾ ਦਿਨ ਹੀ ਲੱਗਿਆ, ਸਾਰਾ ਦਿਨ। ਹਾਲੇ ਥੋੜਾ ਚਿਰ ਹੀ ਹੋਇਆ ਸੱਸ ਦੀ, ਥੋੜਾ ਚਿਰ, ਤੇ ਉਹਦਾ ਆਦਮੀ ਘਰੇ ਆ ਗਿਆ ਬੀਬੀ ਦੀ, ਆਪ ਜਿਹਦੇ ਅੰਦਰ ਇੰਨੀ ਹੈਂਕੜ ਸੀ, ਕੋਈ ਨੀ ਗਈ ਗਈ ਦੇਖੀ ਜਾਏਗੀ ਆ ਜੀ ਉਹ ਜੀ ਆਪੇ ਆਏਗੀ ਏਦਾਂ ਜੀ ਉਹ ਜੀ। ਉਹ ਆਪ ਬੂਹੇ ਅੱਗੇ ਖੜਾ, ਬੂਹਾ ਖੜਕਾਉਂਦਾ, ਸੱਸ ਨੇ ਬੂਹਾ ਖੋਲਿਆ। ਹੁਣ ਜਦੋਂ ਦੇਖਿਆ ਸਾਹਮਣੇ ਜਵਾਈ ਖੜਾ ਹੈ, ਤੁਸੀਂ ਅੰਦਰ ਬੁਲਾਇਆ, ਕੁੜੀ ਸਾਹਮਣੇ ਆਈ, ਕਹਿੰਦੇ ਚੱਲ ਪੈਕ ਕਰ ਤੈਨੂੰ ਲੈਣ ਲਈ ਆਇਆ ਕੱਪੜੇ, ਪੈਕ ਕੱਪੜੇ ਪੈਕ ਕਰ ਤੈਨੂੰ ਲੈਣ ਲਈ ਆਇਆ। ਉਹ ਕੁੜੀ ਕਹਿੰਦੀ ਇੱਦਾਂ ਕਿੱਦਾਂ ਵੀ ਤੁਸੀਂ, ਕਹਿੰਦੇ ਹੁਣ ਮੈਂ ਆਪ ਆਇਆ ਵਾਂ, ਖੁਸਾ ਸੁਣਾ ਵਾਂ, ਕਿਸੇ ਨੂੰ ਨਹੀਂ ਭੇਜਿਆ, ਸਾੜੀ ਹੈਂਕੜ ਤਿਆਗ ਕੇ ਆਇਆ, ਸਾਰੀ ਹੋਮੇ ਤਿਆਗ ਕੇ ਆਇਆ, ਹੁਣ ਆਪ ਆਇਆ ਹੁਣ ਚੱਲਣਾ ਹੀ। ਬੀਬੀ ਅੜ ਕੇ ਵੇਖ, ਕਹਿੰਦੀ ਮੈਂ ਚੱਲਣਾ ਤਾਂ ਜ਼ਰੂਰ ਹੈ, ਵਸਣਾ ਤਾਂ ਤੁਹਾਡੇ ਨਾਲ ਹੀ, ਪਰ ਫਿਰ ਤੁਸੀਂ ਬੋਤਲ ਖੋਲ ਕੇ ਬਹਿ ਜਾਓਗੇ ਫਿਰ ਅਵਾ। ਕਹਿੰਦੇ ਤੈਨੂੰ ਗੱਲ ਦੱਸਾਂ, ਪਤਾ ਨਹੀਂ ਪਿਛਲੇ ਕੁਝ ਦਿਨਾਂ ਤੋਂ ਕੀ ਹੋ ਰਿਹਾ ਮੇਰੇ ਨਾਲ, ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਔਰ ਮੇਰਾ ਪੀਣ ਦਾ ਮਨ ਹੀ ਨਹੀਂ ਕਰ ਰਿਹਾ। ਆਪੋ ਸੱਚ ਨਾ ਜੇ ਕੋ ਬਚਨ ਕਮਾਵੈ ਸੰਤਨ, ਬਚਨ ਕਮਾਵੈ, ਖਾਲੀ ਬਚਨ ਸੁਣ ਕੇ ਤੁਰ ਗਿਆ, ਬੋਲੀ ਜਾਓ ਮੈਂ ਤਾਂ ਆਪਣੀ ਕਰਨੀ ਹੈ। ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਉਤਰੇ। ਜਦੋਂ ਉਹ ਬੀਬੀ ਨੇ ਸੁਣਿਆ ਕੀ ਕਿਹਾ ਜੀ, ਕਹਿੰਦੇ ਬੀਬੀ ਧਿਆਨ ਨਾਲ ਸੁਣ, ਕਹਿੰਦੇ ਮੈਂ ਪਿਛਲੇ ਕੁਝ ਦਿਨਾਂ ਤੋਂ ਮੈਂ ਸ਼ਰਾਬ ਨੂੰ ਹੱਥ ਹੀ ਨਹੀਂ ਲਾਇਆ, ਪਰ ਪਤਾ ਨਹੀਂ ਮੇਰੇ ਅੰਦਰ ਕੀ ਹੋ ਰਿਹਾ, ਪੀਣ ਦਾ ਮਨ ਹੀ ਨਹੀਂ। ਜਦੋਂ ਬੀਬੀ ਨੇ ਇੰਨੀ ਗੱਲ ਸੁਣੀ ਤੇ ਧਾਹਾਂ ਨਿਕਲ ਗਈਆਂ, ਕਹਿੰਦੇ ਹੁਣ ਤੈਨੂੰ ਕੀ ਹੋਈ, ਕਹਿੰਦੇ ਹੁਣ ਮੈਂ ਜ਼ਰੂਰ ਚੱਲਾਂਗਾ ਪਰ ਸਭ ਤੋਂ ਪਹਿਲੇ ਤੁਸੀਂ ਚੱਲੋ ਮੇਰੇ ਨਾਲ ਬਾਬਾ ਮਾਰ ਨਾਮ ਸਿੰਘ ਜੀ ਕੋਲ, ਪਹਿਲੇ ਮਹਾਂਪੁਰਖਾਂ ਕੋਲ ਚੱਲੋ। ਉੱਧਰ ਕਿਉਂ, ਫਿਰ ਉਹਨੇ ਵਾਰਤਾ ਦੱਸੀ, ਕਹਿੰਦੇ ਅਸੀਂ ਅੱਕ ਥੱਕ ਕੇ ਮਹਾਂਪੁਰਖਾਂ ਕੋਲ ਗਏ ਸੀ,
ਤੇ ਜਦੋਂ ਮਹਾਂਪੁਰਖਾਂ ਕੋਲ ਗਏ ਉਹਨਾਂ ਨੇ ਆ ਜਾਪ ਦਿੱਤਾ ਜਪਜੀ ਸਾਹਿਬ ਕਿ 50 ਪਾਠ ਕਰ ਲੇਗੀ ਤੇ ਕਹਿੰਦੇ ਤਤਕਾਲ ਗੱਲ ਬਣ ਜਾਂਦੀ ਕਹਿੰਦੇ ਮੇਰੇ ਲਈ ਨਾ ਮੁਮਕਿਨ ਸੀ ਨਾ ਮੁਮਕਿਨ ਪਰ ਮੈਂ ਕੀਤੇ ਜਦੋਂ ਕੀਤੇ ਇੱਧਰ ਮੈਂ ਜਾਪ ਸ਼ੁਰੂ ਕੀਤਾ ਤੁਸੀਂ ਉਹ ਤਰੀਕਾ ਦੱਸ ਰਹੇ ਹੋ ਉਹ ਦਿਨ ਦੱਸਦੇ ਪਿਓ ਇੱਧਰ ਜਾਪ ਸ਼ੁਰੂ ਹੋਇਆ ਉੱਧਰ ਤੁਹਾਡੇ ਤਬਦੀਲੀ ਆਉਣੀ ਸ਼ੁਰੂ ਹੋ ਉਹ ਕਹਿੰਦੇ ਭਗਵਾਨ ਨੇ ਫਿਰ ਕਰਾ ਦਰਸ਼ਨ ਐਸੇ ਮਹਾਂਪੁਰਖਾਂ ਦੇ ਹੁਣ ਜਦੋਂ ਉੱਥੇ ਪਹੁੰਚੇ ਉੱਥੇ ਪਹੁੰਚੇ ਤੇ ਸਾਧ ਸੰਗਤ ਦਰਸ਼ਨ ਹੋਏ ਦਰਸ਼ਨ ਕੀਤੇ ਮਹਾਂਪੁਰਖਾਂ ਦੇ ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਕਹਿੰਦੇ ਲਿਆਈਏ ਨਾਲ ਲਿਆਈਏ ਨਾਲ ਜੀ ਮਹਾਂਪੁਰਖੋ ਆਪ ਜੀ ਦੀ ਕਿਰਪਾ ਆਪ ਜੀ ਦੀ ਕਿਰਪਾ ਤੁਸੀਂ ਕਿਹਾ ਸੀ ਤਤਕਾਲ ਗੱਲ ਬਣ ਜਾਏਗੀ ਦੇਖੋ ਤਤਕਾਲ ਆਪ ਮੈਨੂੰ ਲੈਣ ਲਈ ਆਏ ਨੇ ਪਰ ਮਹਾਂਪੁਰਖੋ ਹੁਣ ਇਹਨਾਂ ਕੋਲ ਇੱਕ ਬਚਨ ਲੈ ਲਓ ਬਚਨ ਲੈ ਲਓ ਕਿ ਅੱਜ ਤੋਂ ਬਾਅਦ ਇਹ ਸ਼ਰਾਬ ਨਹੀਂ ਪੀਣੀ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਹਾਲੇ ਵੀ ਤੈਨੂੰ ਪ੍ਰਤੀਤ ਨਹੀਂ ਹੈ ਹਾਲੇ ਪ੍ਰਤੀਤ ਕਹਿੰਦੇ ਜੇ ਹਾਲੇ ਪ੍ਰਤੀਤ ਨਹੀਂ ਲੈ ਕੇ ਮੂੰਹ ਕਢਵਾ ਦਿੰਦੇ ਹਾਂ ਬਈ ਕਾਕਾ ਕਹਿੰਦੇ ਜੀ ਹੱਥ ਜੋੜੇ ਹੁਣ ਨੀ ਸ਼ਰਾਬ ਪੀਂਦਾ ਕੋ ਸਤਨਾਮ ਹੁਣ ਨੀ ਸ਼ਰਾਬ ਪੀਂਦਾ ਤੇ ਜਦੋਂ ਇੰਨੀ ਗੱਲ ਕਹੀ ਖੁਸ਼ੀ ਦੇ ਵਿੱਚ ਉਹ ਬੀਬੀ ਰੋ ਪਈ ਬੀਬੀ ਦੀ ਮਾਂ ਰੋ ਪਈ ਕਹਿੰਦੇ ਮਹਾਂਪੁਰਖੋ ਐਡੀ ਕਿਰਪਾ ਆਪ ਜੀ ਦੀ ਐਡੀ ਬਖਸ਼ਿਸ਼ ਉਹ ਕਹਿੰਦੇ ਬਖਸ਼ਿਸ਼ ਸਾਡੀ ਨਹੀਂ ਇਹ ਬਖਸ਼ਿਸ਼ ਜਪਜੀ ਸਾਹਿਬ ਇਹ ਬਖਸ਼ਿਸ਼ ਜਪਜੀ ਸਾਹਿਬ ਦੀ ਹੁਣ ਧਿਆਨ ਨਾਲ ਸੁਣਿਓ ਮਹਾਂਪੁਰਖਾਂ ਨੇ ਤਾਂ ਜਾਪ ਦੇ ਦਿੱਤਾ ਮਹਾਂਪੁਰਖਾਂ ਨੇ ਬਚਨ ਕਰ ਦਿੱਤਾ ਪਤਾ ਨੀ ਕਿਹੜੀ ਬਖਸ਼ਿਸ਼ ਕਿਹੜੇ ਬਚਨਾਂ ਦੇ ਰਾਹੀਂ ਦੇ ਰਹੇ ਧਿਆਨ ਸੁਣ ਹੋ ਸਕਦਾ ਉਹ ਜਾਪ ਨਾ ਦੇ ਕੇ ਜਾਪ ਨਾ ਦੇ ਕੇ ਕਿਸੇ ਰੂਪ ਚ ਕਿਸੇ ਹੋਰ ਰੂਪ ਚ ਬਖਸ਼ਿਸ਼ ਦੇ ਦੇ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਪ ਜੀ ਸਾਖੀ ਸੁਣ ਦਿਓ ਉਹ ਇੱਕ ਬੀਬੀ ਸਾਧ ਦਾਸ ਪਾਉਣ ਸੁਣਾਉਂਦਾ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਉਹਦਾ ਰੋਜ਼ ਦਾ ਨੇ ਰੋਜ਼ ਦਾ ਨੇ ਬੀਬੀ ਘਰ ਵਾਲੇ ਨੇ ਕਲੇਸ਼ ਕਰ ਦਿੱਤਾ ਘਰ ਵਾਲੇ ਨੇ ਕਲੇਸ਼ ਕਹਿੰਦੇ ਤੂੰ ਦਰਬਾਰ ਸਾਹਿਬ ਨਹੀਂ ਜਾਣਾ ਮੱਥਾ ਟੇਕ ਹੁਣ ਜਦੋਂ ਸਾਧ ਸੰਗਤ ਉਹ ਬੀਬੀ ਜਦੋਂ ਗੱਲ ਕਰੇ ਦਰਬਾਰ ਸਾਹਿਬ ਦੀ ਘਰ ਚ ਕਲੇਸ਼ ਘਰ ਚ ਕਲੇਸ਼ ਨਾਮ ਜਪਣ ਦੀ ਗੱਲ ਘਰ ਚ ਕਲੇਸ਼ ਉਹ ਨਾਮ ਨਾ ਜਪਣ ਦੇਵੇ ਉਹ ਦਰਬਾਰ ਸਾਹਿਬ ਮੱਥਾ ਨਾ ਟੇਕਣ ਦੇਵੇ ਹਰਿਮੰਦਰ ਸਾਹਿਬ ਜਾਣ ਹੀ ਨਾ ਦੇਵੇ ਉਹਨੂੰ ਸੌ ਪਤਾ ਲੱਗੀ ਜੀ ਆਪਣਾ ਭਾਈ ਸਾਹਿਬ ਭਾਈ ਵੀਰ ਸਿੰਘ ਬੜੀ ਗੁਰਮੁਖ ਰੂਹ ਨੇ ਸੰਸ ਰੂਹ ਨੇ ਉਹ ਬੀਬੀ ਚੋਰੀ ਮਹਾਂਪੁਰਖਾਂ ਕੋਲ ਆ ਗਈ ਜਦੋਂ ਚੋਰੀ ਮਹਾਂਪੁਰਖਾਂ ਕੋਲ ਆਈ ਤੇ ਮਹਾਂਪੁਰਖਾਂ ਨੂੰ ਕਹਿਣ ਲੱਗੀ ਕਹਿੰਦੇ ਜੀ ਮੈਂ ਚੋਰੀ ਆਈ ਹਾਂ ਆਪਣੇ ਆਦਮੀ ਦੀ ਕਹਿੰਦੇ ਮਹਾਂਪੁਰਖੋ ਕੀ ਕਰ ਉਹਦਾ ਵੀ ਆਦਮੀ ਸਾਧ ਸੰਗਤ ਸ਼ਰਾਬ ਮਾਸ ਇਦਾਂ ਦਾ ਕੰਮ ਉਹ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਦੋ ਕੰਮ ਨੇ ਦੋ ਕੰਮ ਪਰ ਮੈਨੂੰ ਪਤਾ ਬੀਬੀ ਤੂੰ ਕਰਨਾ ਕਹਿੰਦੇ ਮੈਨੂੰ ਪਤਾ ਬੀਬੀ ਤੂੰ ਕਰਨਾ ਕਹਿੰਦੇ ਨਹੀਂ ਮਹਾਂਪੁਰਖੋ ਤੁਸੀਂ ਹੁਕਮ ਕਰੋ ਮੈਂ ਕਰਾਂਗਾ ਕਹਿੰਦੇ ਪਹਿਲਾ ਬਚਨ ਜਦੋਂ ਆਦਮੀ ਘਰ ਨਾ ਹੋਵੇ ਉਦੋਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਉਹਨੂੰ ਦੱਸਣ ਦੀ ਲੋੜ ਨਹੀਂ ਚੁੱਪ ਚੁੱਪ ਕੀਤੇ ਜਾ ਦਰਸ਼ਨ ਕਰ ਠੀਕ ਹੈ ਦੂਜਾ ਬਚਨ ਕਹਿੰਦੇ ਤੂੰ ਕਹਿੰਦੀ ਹੈ ਉਹਦੇ ਸ਼ਰਾਬ ਤੋਂ ਮੈਂ ਦੁਖੀ ਹੋ ਚੁੱਕੀ ਹਾਂ ਘਰ ਦੋਸਤ ਯਾਰ ਲਿਆਉਂਦੇ ਨੇ ਖਾਣਾ ਪੀਣਾ ਖੁੱਲ੍ਹਾ ਹੁੰਦਾ ਇਹ ਚੀਜ਼ਾਂ ਮਾੜੀਆਂ ਤੈਨੂੰ ਲੱਗਦੀਆਂ ਜੀ ਕਹਿੰਦੇ ਹੁਣ ਤੂੰ ਆਪ ਸ਼ਰਾਬ ਪਰੋਸ ਕੇ ਦੇ ਆਪ ਉਹਨੂੰ ਮਾਸ ਬਣਾ ਆਪ ਆ ਚੀਜ਼ਾਂ ਕਰ ਉਹਦੇ ਤੋਂ ਉਲਟ ਨਾ ਜਾ ਉਹ ਬੀਬੀ ਹੈਰਾਨ ਹੈ ਹੁਣ ਦੇਖੋ ਨਾ ਗੁਰਮੁਖ ਕਿਸ ਢੰਗ ਦੇ ਨਾਲ ਕਿਹੜੀ ਬਖਸ਼ਿਸ਼ ਦੇ ਰਹੇ ਕੋਈ ਨੀ ਪਤਾ ਜ਼ਰੂਰੀ ਨਹੀਂ ਕਿ ਉਹਨੇ ਨਾਮ ਦਾ ਹੀ ਪੈਰਾ ਲਾਣਾ ਉਹਨੇ ਆਪਣੀ ਬਖਸ਼ਿਸ਼ ਕਿਹੜੇ ਬਚਨ ਦੇ ਰਾਹੀਂ ਦੇਣੀ ਗੱਲ ਤਾਂ ਇਹ ਹੈ ਨਾ ਕਿ ਘਰ ਸ਼ਾਂਤੀ ਆ ਜਾਏ ਗੱਲ ਤਾਂ ਇਹ ਹੈ ਨਾ ਕਿ ਘਰ ਮੇਰਾ ਸਵਰਗ ਬਣ ਜਾਏ ਇਹੀ ਗੱਲ ਹੈ ਨਾ
ਉਹ ਮਹਾਂਪੁਰਖ ਨੂੰ ਪਤਾ ਇੱਥੇ ਕਿਹੜੀ ਦਵਾਈ ਚੱਲਣੀ ਹੈ, ਇੱਥੇ ਕਿਹੜੀ ਦਵਾਈ ਚੱਲਣੀ ਹੈ, ਇੱਥੇ ਕਿਹੜੀ ਦਵਾਈ ਚੱਲਣੀ ਹੈ। ਬਿਮਾਰ ਸਤਸੰਗਤ ਇੱਕ ਡਾਕਟਰ ਹੈ, ਪੰਜ ਸੱਤ ਮਰੀਜ਼ ਆ ਗਏ ਇੱਕੋ ਬਿਮਾਰੀ ਦੇ, ਇੱਕੋ ਬਿਮਾਰੀ ਦੇ ਪੰਜ ਸੱਤ ਮਰੀਜ਼ ਆ ਗਏ। ਜ਼ਰੂਰੀ ਨਹੀਂ ਡਾਕਟਰ ਸਾਰਿਆਂ ਨੂੰ ਇੱਕੋ ਦਵਾਈ ਦੇਗਾ, ਉਹਨੂੰ ਸੋਲਟ ਵੱਖਰਾ ਕਰ ਦੇਗਾ, ਉਹਨੂੰ ਸੋਲਟ ਵੱਖਰਾ, ਉਹਨੂੰ ਸੋਲਟ ਵੱਖਰਾ। ਹੁਣ ਪੁੱਛਿਆ ਜਾਵੇ ਡਾਕਟਰ ਕੋਲ, ਜੀ ਡਾਕਟਰ ਇੱਕ ਬਿਮਾਰੀ ਵੀ ਇੱਕ, ਤੁਸੀਂ ਦਵਾਈ ਸਾਰਿਆਂ ਨੂੰ ਵੱਖਰੀ ਵੱਖਰੀ ਦਿੱਤੀ। ਕਹਿੰਦੇ ਜੀ ਇਹਨੂੰ ਪਹੁੰਚਾਉਣ ਦਾ ਸਟੈਮਿਨਾ ਇਹਦੇ ਕੋਲ ਘੱਟ ਹੈ, ਇਹ ਦਵਾਈ ਇਹਨੂੰ ਸੂਟ ਨਹੀਂ ਕਰ ਸਕਦੀ, ਇਹ ਦਵਾਈ ਇਹਨੂੰ ਸੂਟ ਕਰੇਗੀ। ਉਹ ਕਹਿੰਦਾ ਮੈਨੂੰ ਪਤਾ ਕਿਹੜੀ ਦਵਾਈ ਕਿਹਨੂੰ ਸੂਟ ਕਰਨੀ, ਬਿਮਾਰੀ ਭਾਵੇਂ ਇੱਕੋ ਜਿਹੀ ਹੈ ਸਾਰਿਆਂ ਨੂੰ, ਪਰ ਦਵਾਈ ਵੱਖਰੀ ਵੱਖਰੀ ਸਭ ਨੂੰ ਦੇਣੀ ਪੈਣੀ। ਆਖੋ ਸਤਿਨਾਮ। ਮਹਾਂਪੁਰਖ ਵੀ ਕਿਹੜੀ ਬਖਸ਼ਿਸ਼ ਕਿਸ ਰੂਪ ਚ ਦੇ ਰਹੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੂੰ ਆਪ ਸ਼ਰਾਬ, ਆਪ ਮਾਸ ਬਣਾ, ਆਪ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ, ਉਹਦੇ ਅਗਰ ਦੋਸਤ ਯਾਰ ਆਉਂਦੇ ਨੇ ਖਿੜੇ ਉਹਨਾਂ ਦੀ ਸੇਵਾ। ਕਹਿੰਦੇ ਭਾਈ ਸਾਹਿਬ ਆਹ ਕੀ, ਕਹਿੰਦੇ ਤੂੰ ਘਰ ਬੈਠਾ ਫਿਰ ਫਿਰ ਲਓ ਲਓ। ਹੁਣ ਜਦੋਂ ਪਹਿਲਾ ਦਿਨ ਹੈ, ਉਹ ਆਦਮੀ ਆਪਣੇ ਦੋਸਤਾਂ ਯਾਰਾਂ ਨੂੰ ਲਿਆ ਆ, ਇਹ ਬੀਬੀ ਜੀ ਨੇ ਟੇਬਲ ਤਿਆਰ ਰੱਖਿਆ ਹੋਇਆ, ਗਲਾਸ ਤਿਆਰ ਨੇ, ਬੋਤਲ ਤਿਆਰ ਹੈ। ਉਹ ਪ੍ਰਸ਼ਨ ਹੋ ਗਿਆ ਵੀ ਇਹ ਕੀ, ਉਹ ਕਹਿੰਦੇ ਤੁਸੀਂ ਪੀਣੀ ਹੈ ਨਾ, ਮੈਂ ਇੰਤਜ਼ਾਮ ਕਰਤਾ, ਨਾਲ ਮੈਂ ਉਹ ਤੁਹਾਡੇ ਲਈ ਕੁਝ ਬਣਾ ਵੀ ਦਿੱਤਾ। ਉਹ ਪਚੇ ਹੀ ਨਾ ਉਹਨੂੰ ਗੱਲ, ਇਹ ਗੱਲ ਕੀ ਹੋ ਰਹੀ ਹੈ। ਉਹਨੇ ਸੋਚਿਆ ਕਿਤੇ ਇੱਕ ਅੱਧੇ ਦਿਨ ਦਾ ਡਰਾਮਾ ਹੋਣਾ, ਰੋਜ਼ ਰੋਜ਼ ਉਹ ਇੰਨਾ ਭੁੱਖ ਲਾ ਗਿਆ ਸਾਸ ਕਿ ਇੱਕ ਦਿਨ ਉਹਨੂੰ ਕਹਿੰਦਾ ਤੂੰ ਬਹਿ ਮੇਰੇ ਮੇਰੇ ਬਹਿ ਮੇਰੇ। ਕਹਿੰਦੇ ਤੇਰੇ ਚ ਇੰਨਾ ਪਰਿਵਰਤਨ ਕਿਵੇਂ ਆਇਆ, ਅੱਗੇ ਤੂੰ ਇੰਨਾ ਕਲੇਸ਼, ਇੰਨੀ ਕਲੇਸ਼ਬਾਜ਼ੀ ਕਰਦੀ ਸੀ, ਤੇਰੇ ਕਲੇਸ਼ ਕਰਕੇ ਫਿਰ ਮੈਂ ਕਹਿੰਦਾ ਜੇ ਤੂੰ ਮੈਨੂੰ ਪੀਣ ਤੇ ਰੋਕਾ ਪਾਉਣਾ, ਮੈਂ ਤੇਰੇ ਦਰਸ਼ਨਾਂ ਨੂੰ ਰੋਕਾ ਪਾਉਣਾ, ਮੈਂ ਤਾਂ ਦਰਬਾਰ ਸਾਹਿਬ ਨਹੀਂ ਜਾਣ ਦਿਆਂਗਾ, ਮੈਂ ਤੈਨੂੰ ਆਹ ਨਹੀਂ ਕਰਨ ਦਿਆਂਗਾ। ਕਹਿੰਦੇ ਤੈਨੂੰ ਤੇਰੇ ਦੀ ਤਬਦੀਲੀ ਕਿੱਦਾਂ ਹੋਈ? ਉਹ ਕਹਿੰਦੇ ਕੋਈ ਨੀ ਸਾਈ ਜੀ, ਤੁਸੀਂ ਆਪਣਾ ਗੱਲ ਕਰ, ਮੈਨੂੰ ਗੱਲ ਦੱਸ। ਉਹ ਕਹਿੰਦੇ ਜੀ ਮੈਂ ਤੁਹਾਡੇ ਚੋਰੀ ਨਾ ਮਹਾਂਪੁਰਖਾਂ ਕੋਲ ਗਈ ਸੀ, ਭਾਈ ਸਾਹਿਬ ਭਾਈ ਵੀਰ ਸਿੰਘ। ਅੱਛਾ। ਕਹਿੰਦੇ ਜੀ ਉਹਨਾਂ ਨੇ ਮੇਰੇ ਕੋਲ ਦੋ ਬਚਨ, ਇੱਕ ਤੁਹਾਡਾ ਚੋਰੀ ਦਰਬਾਰ ਸਾਹਿਬ ਜਾਣਾ। ਕਹਿੰਦੇ ਅੱਛਾ, ਚੋਰੀ ਜਾਂਦੀ ਹੈ ਦਰਬਾਰ ਸਾਹਿਬ? ਕਹਿੰਦੇ ਜੀ ਮੈਂ ਸੱਚ ਬੋਲਦਾ। ਦੂਜਾ ਬਚਨ ਕਹਿੰਦੇ ਜੀ ਆਪਣੇ ਆਦਮੀ ਦੀ ਹਾਂ ਚ ਹਾਂ ਮਿਲਾ, ਉਹ ਕਿੰਨਾ ਹੀ ਗਲਤ ਬੋਲ ਰਿਹਾ ਹਾਂ ਚ ਹਾਂ, ਆਪ ਸ਼ਰਾਬ ਪਰੋਸ, ਆਪ ਇੱਦਾਂ ਬਣਾ ਇੱਦਾਂ। ਕਹਿੰਦੇ ਮੈਨੂੰ ਦਰਸ਼ਨ ਕਰਾ, ਉਹ ਕੌਣ ਨੇ ਭਾਈ ਵੀਰ ਸਿੰਘ ਕੌਣ ਨੇ, ਮੈਨੂੰ ਦਰਸ਼ਨ ਕਰਾ। ਕਹਿੰਦੇ ਨਾ ਮੈਂ ਨਹੀਂ ਲੈ ਕੇ ਜਾਂਦੇ। ਕਹਿੰਦੇ ਕਿਉਂ? ਕਹਿੰਦਾ ਉੱਥੇ ਜਾ ਕੇ ਤੁਸੀਂ ਅਵਾ ਤਵਾ ਬੋਲੋਗੇ, ਉਹਨਾਂ ਨੂੰ ਮਾੜਾ ਬੋਲੋਗੇ, ਗੱਲਾਂ ਕੱਢੋਗੇ, ਮੈਨੂੰ ਪਤਾ ਨਹੀਂ ਤੁਹਾਡਾ। ਕਹਿੰਦੇ ਭਾਗਵਾਨ ਨੇ ਮੈਂ ਉਹਨਾਂ ਨੂੰ ਕੁਝ ਨਹੀਂ ਬੋਲਿਆ, ਮੈਂ ਕੁਝ ਨਹੀਂ ਬੋਲਿਆ, ਔਰ ਅੱਜ ਤੋਂ ਬਾਅਦ ਤੂੰ ਯਕੀਨ ਜਾਣ ਮੈਂ ਕਦੇ ਆਪਣੇ ਦੋਸਤਾਂ ਯਾਰਾਂ ਨੂੰ ਵੀ ਘਰ ਨਹੀਂ ਲੈ ਕੇ ਆਵਾਂਗਾ, ਮੈਂ ਕਦੇ ਦੋਸਤਾਂ ਯਾਰਾਂ ਨੂੰ ਵੀ ਘਰ ਨਹੀਂ ਲੈ ਕੇ ਆਵਾਂਗਾ। ਵੀ ਤੇਰੇ 'ਚ ਐਡੀ ਤਬਦੀਲੀ ਆਈ, ਜੇ ਤੇਰੇ 'ਚ ਤਬਦੀਲੀ ਆ ਸਕਦੀ ਫਿਰ ਮੈਂ ਆਪਣੇ 'ਚ ਤਬਦੀਲੀ ਕਿਉਂ ਨਹੀਂ ਲਿਆ ਸਕਦਾ? ਆਖੋ ਸਤਨਾਮ। ਮੈਂ ਆਪਣੇ 'ਚ ਤਬਦੀਲੀ ਕਿਉਂ ਨਹੀਂ ਲਿਆ ਸਕਦਾ? ਦੇਖੋ ਗੱਲ ਐਡਜਸਟਮੈਂਟ ਦੀ, ਗ੍ਰਸਤੀ ਹੈ ਹੀ ਐਡਜਸਟਮੈਂਟ। ਉਹ ਚਲੇ ਗਏ ਜੀ। ਜਦੋਂ ਮਹਾਂਪੁਰਖਾਂ ਕੋਲ ਪਹੁੰਚੇ, ਹੁਣ ਭਾਈ ਵੀਰ ਸਿੰਘ ਜੀ ਦਾ ਔਰਾ ਬੜਾ ਜੀ, ਮਹਾਂਪੁਰਖਾਂ ਦਾ ਔਰਾ ਹੋਇਆ। ਜਦੋਂ ਉਹ ਮਹਾਂਪੁਰਖਾਂ ਕੋਲ ਪਹੁੰਚੇ, ਉਹਨੇ ਬੜਾ ਕੁਝ ਸੋਚਿਆ ਸੀ, ਬੋਲਣਾ, ਸਮਝਣਾ, ਸਮਝਾਉਣਾ। ਉੱਥੇ ਜਾ ਕੇ ਸ਼ਾਂਤ, ਹੁਣ ਭਾਈ ਵੀਰ ਸਿੰਘ ਜੀ ਬੋਲ ਰਹੇ ਨੇ ਉਹ ਸੁਣ ਰਹੇ, ਭਾਈ ਵੀਰ ਸਿੰਘ ਜੀ ਸਮਝਾ ਰਹੇ ਨੇ ਉਹ ਸਮਝ ਰਹੇ। ਜਦੋਂ ਭਾਈ ਵੀਰ ਸਿੰਘ ਜੀ ਨੇ ਆਪਣੀ ਗੱਲ ਖਤਮ ਕੀਤੀ, ਉਹ ਉੱਠਿਆ, ਚਰਨਾਂ ਤੇ ਡਿੱਗਿਆ ਤੇ ਚਰਨਾਂ ਤੇ ਡਿੱਗ ਕੇ ਮਾਫੀ ਮੰਗਣ ਲੱਗਾ। ਕਹਿੰਦੇ ਜੀ ਅੱਜ ਤੋਂ ਬਾਅਦ ਕਹਿੰਦੇ ਤੁਸੀਂ ਹੁਣ ਮੇਰੇ 'ਚ ਤਬਦੀਲੀ ਵੇਖੋਗੇ। ਅੱਜ ਤੋਂ ਬਾਅਦ ਮਹਾਂਪੁਰਖ ਕਿਸ ਰੂਪ 'ਚ ਕਿਹੜੀ ਬਖਸ਼ਿਸ਼ ਕਿਵੇਂ ਦੇ ਰਹੇ ਨੇ। ਪਰ ਗੱਲ ਇੰਨੀ ਹੈ, ਸੁਨਤ ਕਮਾਵਤ, ਕਮਾਲ ਜੇ ਸੁਣ ਕੇ ਮੰਨਣੀ ਨਹੀਂ
करनी ही अपनी है फिर तो किथे गल बणनी हुण ओ बच्ची जिहड़ा एक पाठ नहीं करती सी जपजी साहब दा इन्ना यकीन सी महापुरखां ते महापुरखां ने वो बख्शिश करी जपजी साहब दे रूप च और जपजी दे विच है ही बड़ी कृपा पंजाब पाठ रोज दे कहिंदे जे तत्काल च पहले कहिंदा 30 पाठ तेरा कम बन जाएगा नाल ही महापुरख कहिंदे जे 50 कर लवे तत्काल हो जाएगा आखो सतनाम जल्दी हो जाएगा कहिंदे महापुरखो फिर जल्दी वाला काम ही चाहिए 50 शुरू कर ते देखो आदमी सामने बैठे कहिंदे जी तुहाडे अगे कबूल करन कहिंदे हाले भी कोई संसाई ਲੈ ਫਿਰ ਕਬੂਲ ਕਰਵਾ ਦਿੰਦੇ ਹਾਂ ਵੀ ਪਿਆਰਿਆ ਕਹਿੰਦਾ ਜੀ ਮਨ ਤਾਂ ਉਸੇ ਦਿਨ ਤੋਂ ਹੀ ਮਰ ਗਿਆ ਜਦੋਂ ਇਹਨੇ ਪਾਠ ਸ਼ੁਰੂ ਕੀਤਾ ਆਖੋ ਸਤਨਾਮ ਕੈਸੀ ਤੁਹਾਡੀ ਲੀਲਾ ਵਰਤੀ ਮਹਾਰਾਜ ਹੁਣ ਅੰਦਰੋਂ ਹੀ ਮਨ ਨਹੀਂ ਕਰਦਾ ਕਹਿੰਦੇ ਹੁਣ ਤੁਹਾਡੇ ਨਾਲ ਵਚਨ ਹੋ ਗਿਆ ਵਚਨ ਹੋ ਗਿਆ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਸ਼ਰਾਬ ਕਬਾਬ ਨੂੰ ਹੱਥ ਨਹੀਂ ਲਾਉਣਾ ਆਪਣੀ ਘਰ ਵਾਲੀ ਨੂੰ ਕਹਿੰਦਾ ਚੱਲ ਭਗਵਾਨੇ ਆਪਣੇ ਘਰ ਚੱਲ ਭਗਵਾਨੇ ਆਪਣੇ ਘਰ ਬੜਾ ਦਿਨ ਬੜੇ ਦਿਨ ਤੋਂ ਰਹਿ ਲਏ ਹੁਣ ਪੇਕੇ ਚੱਲ ਆਪਣੇ ਘਰ ਚ ਉਹ ਦੋਨੋਂ ਸਾਧ ਸੰਗਤ ਮਹਾਂਪੁਰਖਾਂ ਦੇ ਸੰਗੀ ਬਣੇ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਮਹਾਂਪੁਰਖਾਂ ਦੇ ਪਿਆਰ ਚ ਜੁੜੇ ਰਹੇ ਤੇ ਜਿਵੇਂ ਜਿਵੇਂ ਫਿਰ ਮਹਾਂਪੁਰਖ ਤੋੜਦੇ ਸਨ ਇੰਨਾ ਜਾਪ ਅੰਮ੍ਰਿਤ ਵੇਲੇ ਬੰਦਗੀ ਸਿਮਰਨ ਉਦਾਂ ਹੀ ਸਾਧ ਸੰਗਤ ਉਹਨਾਂ ਨੇ ਕਰਨਾ ਤੇ ਜੀਵਨ ਸਕਾਰਥਾ ਕੀਤਾ ਉਹਨਾਂ ਨੇ ਆਪਣਾ ਆਪ ਸਤਨਾਮ ਸਵਾਰ ਲਿਆ ਸਵਾਰ ਮਹਾਂਪੁਰਖਾਂ ਕੋਲ ਹੈ ਕੀ ਜੋ ਮਹਾਂਪੁਰਖਾਂ ਨੇ ਕਮਾਇਆ ਹੈ ਕਮਾਇਆ ਪਰਮੇਸ਼ਰ ਦਾ ਨਾਮ ਤੇ ਜੋੜਦੇ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਆਖੋ ਸਤਨਾਮ ਸੰਤ ਜਪਾਵੇ ਸਤ ਜਪਾਵੇ ਨਾਮ ਸਤ ਜਪਾਵੇ ਨਾਮ ਸੰਤ ਜਪਾਵੇ ਨਾਮ ਸੰਤ ਜਪਾਵੇ ਨਾਮ ਸਤ ਜਪਾਵੇ ਸੰਤ ਇੱਕ ਰਾਮ ਸੇਵਾ ਕੋ ਹੋਏ ਭਲੇ ਇੱਕ ਸੰਤ ਇੱਕ ਰਾਮ ਕਵੀ ਸੇਵਾ ਕੋਏ ਭਲੇ ਇੱਕ ਸੰਤ ਇੱਕ ਰਾਮ ਸੇਵਾ ਕੋ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਵਾਹਿਗੁਰੂ ਵਾਹਿਗੁਰੂ ਜੀ 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 ਵਾਹਿਗੁਰੂ ਜੀ
ਜੇ ਲੋੜੇ ਸਦਾ ਸੁਖ ਪਾਈ, 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 ਸਾਧੂ ਸੰਗਤ ਗੁਰੇ ਬਤਾਈ, ਸਾਧੂ ਸੰਗਤ ਗੁਰੇ ਓ ਸਾਧੂ ਸੰਗਤ ਗੁਰੇ ਬਤਾਈ, ਸਾਧੂ ਸੰਗਤ ਗੁਰੇ ਬਤਾਈ। ਸਾਹਿਬ ਨੇ ਕਲੀਅਰ ਹੀ ਕਰ ਦਿੱਤਾ, ਕਹਿੰਦੇ ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ। ਐਡਰੈਸ ਗੁਰੂ ਦੱਸ ਰਹੇ, ਐਡਰੈਸ ਗੁਰੂ ਦੱਸ ਰਹੇ, ਮਾਤਾ ਗੰਗਾ ਜੀ ਨੂੰ ਐਡਰੈਸ ਕਿੱਥੇ ਦਾ ਦੱਸਿਆ? ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਆਖੋ ਸਤਨਾਮ। ਬ੍ਰਹਮ ਗਿਆਨੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਐਡਰੈਸ ਦੱਸਿਆ, ਸਾਧੂ ਸੰਗਤ ਗੁਰੇ ਬਤਾਈ। ਕਰ ਸਭ ਕੁਛ ਸਕਦੇ ਨੇ ਆਪ, ਸਭ ਕੁਛ ਕਰ ਸਕਦੇ, ਪਰ ਇੱਕ ਸਾਧੂ ਦੀ ਮਹਿਮਾ ਪ੍ਰਗਟ ਕਰਨਾ, ਸਾਧੂ ਸੰਗਤ ਗੁਰੇ ਬਤਾਈ। ਹੁਣ ਅੱਗੇ ਇਸ਼ਾਰਾ ਦਿੰਦਾ, ਸੁਚੇਤ ਕੀਤਾ, ਕਹਿੰਦੇ ਪਖੰਡ ਵੀ ਬੜਾ ਚੱਲਦਾ, ਧਿਆਨ ਨੂੰ ਸੁਣ। ਮੈਂ ਕਈ ਵਾਰੀ ਇਹ ਗੱਲ ਕਰ ਦਿੰਦਾ, ਸੱਚ ਦਾ ਬੀਜ ਵੀ ਹਾਲੇ ਨਾਸ ਨਹੀਂ ਹੋਇਆ, ਸੱਚ ਦਾ ਬੀਜ ਹਾਲੇ ਨਾਸ ਨਹੀਂ ਹੋਇਆ, ਬੜੇ ਹਾਲੇ ਬੈਠੇ ਨੇ ਰੰਗ ਰੰਗਣੀਆਂ ਨੂੰ, ਪਰ ਨਾਲ ਨਾਲ ਬਹੁਤ ਜ਼ਿਆਦਾ ਤੰਬੀ ਪਖੰਡੀ ਵੀ ਬੈਠੇ ਹੋਏ ਨੇ। ਆਖੋ ਸਤਨਾਮ। ਜਿਹੜਾ ਮਹਾਂਪੁਰਖਾਂ ਦੇ ਚੋਲੇ ਦੇ ਵਿੱਚ ਸਾਸਨ, ਦੂਜੀਆਂ ਹਰਕਤਾਂ ਪਖੰਡ ਵੀ ਭਰਮਾਂ ਦੇ ਵਿੱਚ ਵੀ ਪਾ ਰਹੇ। ਬਾਬਾ ਜੀ ਵਚਨ ਕਰਿਆ ਕਰਦੇ ਸਨ, ਕਹਿੰਦੇ ਸੰਗਤ ਉਹਨਾਂ ਦੀ ਕਰੀਏ ਜਿਹੜਾ ਜੋੜਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਾਲ। ਆਖੋ ਸਤਨਾਮ। ਹੁਣ ਨਿਸ਼ਾਨੀ ਦੱਸੀ ਹੈ ਜੀ ਉਹ ਸਾਧੂ, ਕਹਿੰਦੇ ਜਦੋਂ ਸਾਧੂ ਦੀ ਸੰਗਤ 'ਚ ਜਾਏ ਫਿਰ ਗੱਲ ਕੀ ਹੋਏਗੀ? ਉਹ ਹਾਂ ਜਪੀਏ ਕੇਵਲ, 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 ਉੱਥੇ ਗੱਲ ਹੀ ਕੇਵਲ ਨਾਮ ਦੀ, ਕੱਲ ਹੀ ਕੇਵਲ ਨਾਮ। ਬਾਬਾ ਨੰਦ ਸਿੰਘ ਜੀ ਦਾ ਤੁਸੀਂ ਕਦੇ ਜ਼ਿਕਰ ਪੜ੍ਹਿਓ, ਜੀਵਨੀ ਲਿਆ ਕੇ ਪੜ੍ਹ। ਬਾਬਾ ਜੀ ਦੇ ਕੋਲ ਕੋਈ ਆ ਜਾਏ, ਧਨਵਾਨ ਆ ਜਾਏ, ਗਰੀਬ ਆ ਜਾਏ, ਮਹਿਲਾਂ 'ਚ ਰਹਿਣ ਵਾਲਾ ਆ ਜਾਏ, ਝੋਪੜੇ 'ਚ ਰਹਿਣ ਵਾਲਾ ਆ ਜਾਏ, ਰਾਜਾ ਆ ਜਾਏ, ਭਿਖਾਰੀ ਆ ਜਾਏ, ਕੋਈ ਪੋਲੀਟੀਸ਼ੀਅਨ ਆ ਜਾਏ, ਵੱਡੇ ਅਹੁਦੇਦਾਰ ਆ ਜਾਏ, ਕਿ ਆਮ ਨੋਰਮਲ ਬੰਦਾ ਆ ਜਾਏ, ਕੋਈ। ਬਾਬਾ ਜੀ ਦਾ ਸਭ ਤੋਂ ਪਹਿਲਾਂ ਸਵਾਲ ਹੁੰਦਾ ਸੀ, ਦੱਸ ਪਿਆਰਿਆ ਤੇਰਾ ਨਿਤਨੇਮ ਕਿੰਨਾ ਆ? ਨਿਤਨੇਮ ਕਿਸੇ ਨੇ ਪੁੱਛਿਆ ਤੇਰਾ ਸੰਸਾਰ ਕਿਤਨਾ, ਕਿਸੇ ਨੇ ਪੁੱਛਿਆ ਤੇਰਾ ਘਰਵਾਰ ਕਿਤਨਾ, ਕਿਸੇ ਨੇ ਪੁੱਛਿਆ ਤੇਰਾ ਵਪਾਰ ਕਿਤਨਾ ਹੈ? ਉਹ ਕੋਈ ਵਿਰਲਾ ਪੁੱਛਦਾ, ਗੁਰੂ ਨਾਨਕ ਸਿਰ ਤੇਰਾ ਪਿਆਰ ਕਿਤਨਾ ਹੈ? ਆਪੋ ਸਤਨਾਮ। ਉਹਾਂ ਜਪੀਏ ਕੇਵਲ ਨਾਮ, ਉਹ ਤਾਂ ਗੱਲ ਹੀ ਨਾਮ ਦੀ। ਬਾਬਾ ਜੀ ਨੇ ਇੱਕੋ ਗੱਲ ਕਰਨੀ, ਤੇਰੀਆਂ ਕੋਠੀਆਂ ਨੂੰ, ਤੇਰੀਆਂ ਕਾਰਾਂ ਨੂੰ ਅਸੀਂ ਕੀ ਕਰਨਾ, ਉਹ ਤੇਰੇ ਰੁਤਬੇ ਨੂੰ ਅਸੀਂ ਕੀ ਕਰਨਾ? ਆਹ ਦੱਸ, ਜਿਸ ਰਾਸ ਪੂੰਜੀ ਨੇ ਨਾਲ ਨਿਭਣਾ ਉਹ ਕਿੰਨੀ ਇਕੱਠੀ ਕੀਤੀ ਆ? ਜਿਸ ਰਾਸ ਪੂੰਜੀ ਨੇ ਨਾਲ ਨਿਭਣਾ ਉਹ ਕਿੰਨੀ ਰਾਸ ਪੂੰਜੀ ਇਕੱਠੀ ਕੀਤੀ? ਆ ਦੱਸ, ਗੱਲ ਹੀ ਨਾਮ ਦੀ, ਗੱਲ ਹੀ ਨਾਮ।
ਮਹਾਂਪੁਰਖਾਂ ਦੇ ਕੋਲ ਬਹਿ ਕੇ ਕੁੱਲ ਖੁਸ਼ਬੂ ਦੀਆਂ ਗੱਲਾਂ ਸ਼ੁਰੂ ਕਰੋਗੇ। ਬੜੀ ਜਲਦੀ ਮਹਾਂਪੁਰਖਾਂ ਨੇ ਵਿਸ਼ਾ ਬਦਲ ਕੇ ਰੱਖਿਆ। ਬੜੀ ਜਲਦੀ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਗੱਲ ਛੇੜ ਕੇ ਤੁਹਾਨੂੰ ਨਾਮ ਤੇ ਲਿਆ ਕੇ ਖੜਾ ਕਰ ਦੇਣਗੇ। ਇਹ ਸੱਚਾਈ ਹੈ। ਮੈਨੂੰ ਵਾਰਤਾ ਯਾਦ ਆ ਗਈ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ। ਸਿਆਲਾਂ ਦੇ ਦਿਨ ਸਾਸ ਬਾਹਰ ਮੰਜਾ ਡਾ ਕੇ ਨਾ ਧੁੱਪ ਸੇਕਦੇ ਸੀ, ਧੁੱਪ ਸੇਕਦੇ ਤੇ ਪੰਜ ਸੱਤ ਸਰੀਰ ਨਾਲ ਲੰਘਦੇ ਪਏ ਸਨ। ਜਾਣਾ ਉਹਨਾਂ ਨੇ ਕਿਤੇ ਹੋਰ ਸੀ ਤੇ ਉਹਨਾਂ ਨੇ ਵੇਖਿਆ ਵੀ ਮਹਾਂਪੁਰਖ ਬਾਹਰ ਬੈਠੇ ਨੇ। ਚੱਲ ਕੋਈ ਨੀ, ਦਰਸ਼ਨ ਕਰ, ਥੋੜਾ ਜਿਹਾ ਸਮਾਂ ਉਹਨਾਂ ਕੋਲ ਫਾਲਤੂ ਹੋਏਗਾ ਬੰਦਿਆਂ ਕੋਲ। ਉਹ ਆ ਗਏ ਜੀ ਮਹਾਂਪੁਰਖਾਂ ਨੂੰ ਫਤਿਹ ਬੁਲਾਈ, ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੇ ਫਤਿਹ ਬੁਲਾਈ, ਆਓ ਬਾਈ ਜਵਾਨੋ ਆਓ, ਕਿੱਥੋਂ ਆਏ, ਇੱਥੋਂ ਆਏ, ਕਿੱਥੇ ਜਾ ਰਹੇ ਹੋ, ਇੱਥੇ ਜਾ ਰਹੇ, ਕਿਵੇਂ ਆਏ ਫਿਰ? ਬਾਬਾ ਜੀ ਆਪ ਜੀ ਵੇਖਿਆ, ਥੋੜੇ ਦਰਸ਼ਨ ਕਰ ਚੱਲੀਏ, ਥੋੜੇ ਬਚਨ ਸੁਣ ਚੱਲੀਏ। ਅੱਛਾ, ਮਹਾਂਪੁਰਖਾਂ ਨੇ ਮੰਜੇ ਮੰਗਵਾ ਲਏ, ਲਿਆਓ ਵੀ ਮੰਜੇ, ਬੈਠੋ ਸਾਰੇ ਬੈਠੇ। ਉਹ ਹਾਲੇ ਬੈਠੇ ਸਨ ਸਾਧ ਸੰਗਤ ਤੇ ਗੱਲ ਛਿੜਦੀ, ਉਹ ਫਲਾਣਾ ਮੰਤਰੀ, ਉਹ ਫਲਾਣਾ ਸੰਸਤਰੀ, ਉਹ ਫਲਾਣਾ ਏਦਾਂ, ਉਹ ਗੱਲ ਸੁਣ ਕਿਸੇ ਹੋਰ ਸੁਣ। ਮਹਾਂਪੁਰਖਾਂ ਨੇ ਵੇਖਿਆ ਯਾਰ ਕਮਾਲ, ਆਏ ਸਾਡੇ ਕੋਲ ਤੇ ਗੱਲ ਛੇੜ ਕੇ ਬਹਿ ਗਏ ਮੰਤਰੀਆਂ ਸੰਸਤਰੀਆਂ, ਗੱਲ ਕਿਤੇ ਦੀ ਕਿਤੇ ਤੁਰ ਤੁਰ। ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਉਹ ਏਦਾਂ ਹੀ, ਕਹਿੰਦੇ ਉਹ ਸਾਡੇ ਤਾਂ ਸੁਖਮਨੀ ਦਾ ਵੇਲਾ ਹੋ ਗਿਆ, ਸਾਡੇ ਤਾਂ ਹਲੇ ਕੀ ਸੁਖਮਨੀ ਸਾਹਿਬ ਦਾ ਪਾਠ ਕਰ ਚੁੱਕੇ ਸਨ, ਕਹਿੰਦੇ ਸਾਡਾ ਤਾਂ ਸੁਖਮਨੀ ਸਾਹਿਬ ਦਾ ਵੇਲਾ ਹੋ ਗਿਆ, ਹਲੇ ਬੋਲਦਿਆਂ ਹੀ ਸਭ ਹਲੇ ਬੋਲਿਆ ਹੀ ਹੈ, ਨਾਲ ਹੀ ਕੌੜੀ ਸੁਖਮਨੀ ਮਹਲਾ ਗੱਲ ਸ਼ੁਰੂ ਕਰਦਾ, ਪਾਠ ਸ਼ੁਰੂ ਕਰਦਾ ਮਹਾਂਪੁਰਖ। ਹੁਣ ਉਹ ਸਾਰੇ ਵੇਖਣ ਇੱਕ ਦੂਜੇ ਵੱਲ, ਕੀ ਬਣ ਗਿਆ ਵੀ ਮਹਾਂਪੁਰਖਾਂ ਨੇ ਪਾਠ ਸ਼ੁਰੂ ਕਰਤਾ ਤੇ ਜਿਹੜੇ ਨਾਲ ਸੇਵਕ ਉਹਨਾਂ ਨੇ ਵੀ ਪਾਠ ਸ਼ੁਰੂ ਕਰਤਾ। ਹੁਣ ਉਹ ਵੀ ਵਿਚਾਰੇ ਏਦਾਂ ਬੈਠੇ ਹੋਏ ਨੇ ਪਾਠ ਸੁਣਦੇ ਪਏ ਨੇ। ਹੁਣ ਜੇ ਮੰਤਰੀ ਸੰਤਰੀ ਦੀ ਗੱਲ ਚੱਲਦੀ ਤੇ ਸ਼ਾਇਦ ਅੱਧਾ ਘੰਟਾ ਘੰਟਾ ਬਹਿ ਜਾਂਦੇ, ਹੁਣ ਗੱਲ ਸ਼ੁਰੂ ਹੋ ਗਈ ਸੁਖਮਨੀ ਸਾਹਿਬ, ਹੁਣ ਵਿਚਾਰੇ ਕਿੱਥੇ 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 ਫਿਰ ਨਾ ਆਪਸ ਏਦਾਂ ਏਦਾਂ ਦੇਖਦੇ ਨੇ ਕੀ ਕਰੀ। ਮਹਾਂਪੁਰਖ ਸਾਹਿਬ ਵੇਖ ਰਹੇ ਤੇ ਕਹਿੰਦੇ ਉਹ ਫਤਿਹ ਬੁਲਾਈਏ ਤੇ ਤੁਰੀਏ। ਮਹਾਂਪੁਰਖਾਂ ਨੂੰ ਸਾਧ ਜਦੋਂ ਉਹਨਾਂ ਨੇ ਦੇਖਿਆ, ਮਹਾਂਪੁਰਖਾਂ ਨੇ ਬਈ ਇਹ ਫੁਸਰ ਫੁਸਰ ਕਰਦੇ ਪਏ, ਉੱਠੇ ਹੱਥ ਜੋੜਿਆ ਸਾਰੇ ਤੇ ਇਸ਼ਾਰਾ ਕਰਦੇ ਕਹਿੰਦੇ ਮਹਾਂਪੁਰਖੋ ਜ਼ਰੂਰੀ ਜ਼ਰੂਰੀ ਜਿਹੜਾ ਹਰ ਵੇਲੇ ਸੁਚੇਤ ਰਹਿੰਦਾ ਆਪਣੀ ਪੂੰਜੀ ਦੇ ਬਾਬਤ, ਸਵਾਸਾਂ ਦੀ ਪੂੰਜੀ ਜਿਹੜੀ ਸਾਨੂੰ ਮਿਲੀ ਸੁਚੇਤ, ਫਲਾਣੇ ਦੀ ਧਮਕਾਣੇ ਦੀ ਇਹਦੇ ਵਿੱਚ ਹੀ ਨਹੀਂ ਲੰਘਾਈ ਜਾਂਦਾ, ਊਲ ਫਜੂਲ ਦੀਆਂ ਗੱਲਾਂ ਦੇ ਵਿੱਚ ਸਵਾਸਾਂ ਦੀ ਪੂੰਜੀ ਨਹੀਂ ਬਰਬਾਦ ਕਰਦਾ। ਸਾਡੇ ਵਿੱਚ ਤੇ ਮਹਾਂਪੁਰਖਾਂ ਚ ਕੀ ਫਰਕ, ਚਲੋ ਦੱਸੋ ਸਾਡੇ ਵਿੱਚ ਤੇ ਮਹਾਂਪੁਰਖਾਂ ਚ ਕੀ ਫਰਕ? ਬਸ ਇੱਕੋ ਹੀ ਫਰਕ ਹੈ, ਅਸੀਂ ਆਪਣੀ ਕੀਤੀ ਕਮਾਈ ਰੋੜ ਦਿੰਦੇ ਹਾਂ, ਮਹਾਂਪੁਰਖ ਆਪਣੀ ਕੀਤੀ ਕਮਾਈ ਸੰਭਾਲ ਲੈਂਦੇ ਨੇ। ਆਖੋ ਤਾਂ ਕਰਕੇ ਉਹ ਮਹਾਂਪੁਰਖ ਇੱਕ ਬੰਦਾ 1000 ਕਮਾ ਰਿਹਾ, ਦੂਜਾ ਵੀ 1000 ਕਮਾ ਰਿਹਾ, ਦੋਨੋਂ ਬੰਦੇ ਜਾ ਰਹੇ ਕਮਾ ਰਹੇ ਰੋਜ਼। ਇੱਕ ਬੰਦਾ ਰੋਜ਼ ਉਡਾਈ ਜਾ ਰਿਹਾ, ਕਮਾ ਰਿਹਾ, ਉਡਾ ਰਿਹਾ, ਮੌਜਾਂ ਕਰ ਰਿਹਾ, ਜ਼ਿੰਦਗੀ ਦੀ ਮੌਜਾਂ ਲੈ ਰਿਹਾ, ਕਮਾ ਰਿਹਾ, ਖਾ ਰਿਹਾ, ਕਮਾ ਰਿਹਾ, ਉਡਾ ਰਿਹਾ, ਕਮਾ ਰਿਹਾ, ਖਰਚ ਰਿਹਾ। ਇੱਕ ਬੰਦਾ ਜੋੜੀ ਜਾ ਰਿਹਾ, ਉਜੜਾ ਜਾ ਰਿਹਾ, ਉਹ ਜੋੜੀ ਜਾ ਰਿਹਾ, ਉਹ ਹਜ਼ਾਰ ਉਡਾਈ ਜਾ ਰਿਹਾ। ਹੁਣ ਬੜੀ ਵੱਡੀ ਵਿਪਤਾ ਪੈ ਗਈ ਦੋਨਾਂ, ਉਹਦੇ ਤੇ ਵੀ ਵਿਪਤਾ ਪੈ ਗਈ, ਇਹਦੇ ਤੇ ਵਿਪਤਾ ਪੈ ਗਈ। ਹੁਣ ਜਦੋਂ ਇਹਦੇ ਤੇ ਵਿਪਤਾ ਪਈ, ਹੁਣ ਨਾ ਇਹਦੇ ਪੱਲੇ ਕੁਝ, ਆਖੋ ਸਤਿਨਾਮ, ਨਾ ਇਹਦੇ ਪੱਲੇ ਤੇ ਨਾ ਇਹਨੂੰ ਕਿਤੋਂ ਹੁਣ ਉਧਾਰੀ ਮਿਲ ਰਹੀ, ਆਖੋ ਸਤਿਨਾਮ, ਨਾ ਇਹਨੂੰ ਕਿਤੋਂ ਮਦਦ ਮਿਲ ਰਹੀ। ਇਹ ਤਾਂ ਮਰ ਗਿਆ, ਪੱਲੇ ਕੁਝ ਨਹੀਂ, ਮਰ ਗਿਆ। ਹੁਣ ਵਿਪਤਾ ਉਹਦੇ ਤੇ ਵੀ ਆਈ ਜਿਹਦੇ ਤੇ ਜੁੜਿਆ ਸੀ, ਇੰਨਾ ਜੁੜਿਆ ਸੀ, ਇੰਨਾ ਜੁੜਿਆ, ਉਹਨੇ ਥੋੜਾ ਜਿਹਾ ਕੱਢਿਆ, ਜਿਹੜੀ ਵਿਪਤਾ ਸੀ ਖਤਮ ਕਰ, ਆਖੋ ਸਤਿਨਾਮ, ਜਿਹੜੀ ਵਿਪਤਾ ਸੀ ਆਪਣੇ ਜੋੜੇ ਚੋਂ ਖਤਮ ਕਰ, ਜੁੜਿਆ ਪਿਆ ਔਰ ਹਾਲੇ ਵੀ ਇੰਨਾ ਜੁੜਿਆ ਪਿਆ, ਇੰਨਾ ਜੁੜਿਆ ਪਿਆ ਕਿ ਗੋਲਾ ਰਸ ਮਾਣ ਸੁਣ, ਉਹ ਹੈ ਮਹਾਂਪੁਰਖ, ਆਖੋ ਸਤਿਨਾਮ। ਤੇ ਜਿਹੜਾ ਲੁਟਾ ਰਿਹਾ ਉਹ ਹਾਂ ਅਸੀਂ,
ਸਾਡੇ ਮਹਾਂਪੁਰਖਾਂ ਚ ਆਫਤ ਅਸੀਂ ਨਾਮ ਜਪਦੇ ਹਾਂ ਹੁਣੇ ਨਾਮ ਜਪਦੇ ਪਏ ਸੰਗਤ ਚ ਬੈਠੇ ਕਮਾਈਆਂ ਹੋ ਰਹੀਆਂ ਹੁਣ ਜਦੋਂ ਅਸੀਂ ਕਿਸੇ ਨਾਲ ਖੜੇ ਹੋਣਾ ਬਹਿਣਾ ਫਲਾਣੀ ਨੇ ਏਦਾਂ ਟਕਾਣੀ ਨੇ ਏਦਾਂ ਉਹਨੇ ਇੰਜ ਉਹਨੇ ਫਲਾਣੇ ਨੇ ਫਲਾਣੇ ਮੰਤਰੀ ਨੇ ਏਦਾਂ ਕਰਤਾ ਉਹਦੇ ਸੰਸਰੀ ਨੇ ਏਦਾਂ ਕਰਤਾ ਉਹਨੇ ਐਮ ਐਲ ਏ ਨੇ ਏਦਾਂ ਕਰਤਾ ਸੀ ਐਮ ਨੇ ਏਦਾਂ ਕਰਤਾ ਪੀ ਐਮ ਨੇ ਏਦਾਂ ਕਰਤਾ ਮੈਂ ਕੀ ਲੈਣਾ ਫਲਾਣੀ ਨੇ ਆਪਣੇ ਸੱਸ ਨਾਲ ਕੀਤਾ ਸਹੁਰੇ ਨੇ ਕੀਤਾ ਸੱਸ ਨੇ ਕੀਤਾ ਨੂੰਹ ਨੇ ਕੀਤਾ ਮੈਂ ਕੀ ਲੈਣਾ ਉਹ ਦੋ ਬੰਦਿਆਂ ਦੀ ਅੱਗੇ ਦੀ ਅੱਗੇ ਦੀ ਅੱਗੇ ਦੀ ਗੱਲ ਮੈਂ ਕੀ ਲੈਣਾ ਕੀ ਲੈਣਾ ਅੱਛਾ ਦੋ ਘੰਟੇ ਦੀ ਨਿੰਦਿਆ ਕਰਕੇ ਅੱਗੇ ਬਸ ਦੋ ਘੰਟੇ ਬਾਅਦ ਰਿਜ਼ਲਟ ਕੱਢਣਾ ਮੈਂ ਖੱਟਿਆ ਮੈਂ ਖੱਟਿਆ ਆਪੇ ਸਮਝ ਲੱਗ ਜਾਊਗੀ ਮੈਂ ਖੱਟਿਆ ਕਿ ਨਿੰਦਿਆ ਹੀ ਖੱਟੀ ਬੇੜਾ ਗਰਕ ਖਰਾਬ ਹੁਣ ਜਿਹੜਾ ਤੁਹਾਡੇ ਜਮ੍ਹਾਂ ਖਾਤਾ ਸੀ ਨਾ ਉਹ ਪੂੰਜੀ ਜਿਹੜੀ ਨਾਮ ਦੀ ਉਹ ਤੁਸੀਂ ਹੁਣ ਸਾਸਤ ਨਿੰਦਿਆ ਆਈ ਲੁੱਟ ਕੇ ਲੈ ਲਈ ਈਰਖਾ ਆਈ ਲੁੱਟ ਕੇ ਲੈ ਲਈ ਵਾਸ਼ਨਾ ਆਈ ਲੁੱਟ ਕੇ ਲੈ ਲਈ ਕਹਿੰਦੇ ਨੀ ਸਾਹਿਬ 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 ਕਹਿੰਦੇ ਪੰਜ ਵਿਖਾਦੀ ਏਕ ਗਰੀਬਾ ਕਹਿੰਦੇ ਰੱਖੋ ਕਲੀਅਰ ਤਾਂ ਕਹਿ ਰਹੇ ਨੇ ਫਿਰ ਸੰਸਾ ਕਿਵੇਂ ਸਾਹਿਬ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਕਹਿੰਦੇ ਖੇਦ ਕਰੇ ਖੇਦ ਕਰੇ ਅਰ ਬਹੁਤ ਸੰਸਾਵੇ ਆਇਓ ਸ਼ਰਨ ਕਹਿੰਦੇ ਆਹ ਜਿਹੜੀ ਪੰਜ ਔਗੁਣ ਦੇ ਜਿਹੜੇ ਪੰਜ ਔਗੁਣ ਬੜੇ ਖੇਦ ਮਤਲਬ ਪਰੇਸ਼ਾਨ ਕਰਦੇ ਖੇਦ ਕਰੇ ਅਰ ਬਹੁਤ ਸੰਸਾਵੇ ਬੜੇ ਸਤਾਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਮੈਂ ਸਵੇਰੇ ਅੰਮ੍ਰਿਤ ਵੇਲੇ ਗੁਰੂ ਗੁਰੂ ਕਰਕੇ ਕਮਾਨਾ ਦਿਨ ਵੇਲੇ ਦਿੰਦੇ ਆਉਂਦੀ ਲੁੱਟ ਕੇ ਲੈ ਜਾਂਦੀ ਆ ਕੋ ਸਾਸਨ ਦਿਨ ਵੇਲੇ ਈਰਖਾਂ ਦੀ ਲੁੱਟ ਕੇ ਲੈ ਦਿਨ ਵੇਲੇ ਹਉਮੇ ਆਉਂਦੀ ਤੈਨੂੰ ਪਤਾ ਨੀ ਮੈਂ ਕੌਣ ਤੈਨੂੰ ਪਤਾ ਨੀ ਮੈਂ ਕੌਣ ਖਤਮ ਕਰ ਹੁਣ ਸਾਧ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪੰਚ ਵਿਖਾਦੀ ਏ ਗਰੀਬਾ ਰੱਖੋ ਰੱਖਣਾ ਕਹਿੰਦੇ ਖੇਦ ਕਰੇ ਅਰ ਬਹੁਤ ਸੰਸਾਵੇ ਆਇਓ ਹੁਣ ਮੈਂ ਤੁਹਾਡੀ ਸ਼ਰਨ ਆਇਆ ਮਹਾਰਾਜ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਅਸੀਂ ਕਮਾਉਂਦੇ ਹਾਂ ਡੋਲ ਦਿੰਦੇ ਕਮਾਉਂਦੇ ਹਾਂ ਰੋੜ ਦਿੰਦੇ ਕਮਾਉਂਦੇ ਹਾਂ ਭਾਂਡੇ 'ਚ ਛੇਕ ਲਾ ਦਿੰਦੇ ਭਾਂਡਾ ਭਰਦੇ ਹਾਂ ਛੇਕ ਲਾ ਦਿੰਦੇ ਤਾਂ ਹੀ ਦਾਸ ਬੇਨਤੀ ਕਰਿਆ ਕਰਦਾ ਹੁਣ ਜਦੋਂ ਜਾਓਗੇ ਕੋਸ਼ਿਸ਼ ਕਰਨਾ ਜਿਹੜਾ ਸਿਮਰਨ ਕੀਤਾ ਸੰਭਾਲਿਆ ਰਹੇ ਛੇਕ ਨਾ ਲਾ ਦੇਣਾ ਭਾਂਡੇ 'ਚ ਕਿ ਜੋ ਪਾਇਆ ਸਭ ਵਸਤੂ ਨਿਕਲ ਜਾਵੇ ਇਹ ਨਾ ਮਹਾਂਪੁਰਖ ਸੰਭਾਲਦੇ ਨੇ ਪੂੰਜੀ ਪੂੰਜੀ ਜਿਹੜੀ ਕਮਾਈ ਹੋਈ ਉਹਨੂੰ ਵੀ ਸੰਭਾਲਦੇ ਨੇ ਔਰ ਜਿਹੜਾ ਸਾਸਕਤ ਸਵਾਸਾਂ ਦੀ ਪੂੰਜੀ ਇਹਨੂੰ ਵੀ ਬੜਾ ਸੰਭਲ ਸੰਭਲ ਕੇ ਖਰਚ ਕਰਦੇ ਨੇ ਬੜਾ ਸੰਭਲ ਕੇ ਖਰਚ ਕਰਦੇ ਬਹੁਤ ਸੰਭਲ ਕੇ ਖਰਚ ਕਰਦੇ ਕਿ ਕਿੱਥੇ ਮੈਂ ਖਰਚਣੀ ਆ ਸਵਾਸ ਕਿੱਥੇ ਖਰਚਣੇ ਸੁਖਮਨੀ ਸਾਹਿਬ ਕਰਦਿਆਂ ਨੂੰ ਰੱਜ ਕੇ ਖਰਚਣਗੇ ਸਤਸੰਗ ਕਰਦਿਆਂ ਨੂੰ ਰੱਜ ਕੇ ਖਰਚਣਗੇ ਭਜਨ ਕਰਦਿਆਂ ਨੂੰ ਰੱਜ ਕੇ ਖਰਚਣਗੇ ਸੇਵਾ ਕਰਦਿਆਂ ਨੂੰ ਰੱਜ ਕੇ ਸਵਾਸ ਖਰਚਣਗੇ ਪਰ ਜਦੋਂ ਕਿਤੇ ਪੰਜ ਦਸ ਬੰਦਿਆਂ 'ਚ ਬਹਿ ਕੇ ਚੁਗਲੀ ਨਿੰਦਿਆ ਈਰਖਾ ਦੇ ਉੱਥੇ ਨਹੀਂ ਸਵਾਸ ਖਰਚਾ ਕਰਨਗੇ ਉੱਥੇ ਸਵਾਸ ਬਚਾ ਲੈਣਗੇ ਉੱਥੇ ਨਿਕਲ ਜਾਣਗੇ ਭਾਈ ਜ਼ਰੂਰੀ ਕੰਮ ਹੈ ਸਾਨੂੰ ਹੁਣ ਦੇਖੋ ਮਹਾਂਪੁਰਖਾਂ ਨੇ ਕਿਹਾ ਜੁਗਤੀ ਵਰਤੀ ਹੁਣ ਦੇਖਿਆ ਜੀ ਇਹ ਮੰਤਰੀ ਸੰਤਰੀ ਦੀ ਗੱਲ ਸ਼ੁਰੂ ਹੋ ਗਈ ਇਹ ਨਹੀਂ ਟੱਲਣਗੇ ਇਹਨਾਂ ਨੇ ਅੱਧਾ ਪੌਣਾ ਘੰਟਾ ਘੰਟਾ ਲੈ ਜਾਣਾ ਜ਼ਰੂਰੀ ਵੀ ਕਿਤੇ ਜਾਣਾ ਹੋਏਗਾ ਉਹ ਵੀ ਛੱਡ ਦੇਣਗੇ ਇੱਥੇ ਮੰਤਰੀ ਸੰਤਰੀ ਦੀ ਗੱਲ ਪਿੱਛੇ ਬਹਿ ਜਾਣੀ ਮਹਾਂਪੁਰਖਾਂ ਨੇ ਸਿੱਧਾ ਕਿਹਾ ਜੀ ਬਈ ਸਾਡਾ ਸੁਖਮਣੀ ਦਾ ਵੇਲਾ ਹੋਇਆ ਚਲੋ ਬਈ ਸੁਖਮਣੀ ਸ਼ੁਰੂ ਕਰੀ ਨਾਲ ਹੀ ਗਾਉਣੀ ਸੁਖਮਣੀ ਵਾਲਾ ਨਾਲ ਹੀ ਸ਼ੁਰੂ ਕਰਤਾ ਉਹ ਵੇਖਦੇ ਹੀ ਰਹਿ ਗਏ ਹੈ ਮਹਾਂਪੁਰਖ ਨੇ ਸੋਚਣ ਦਾ ਟਾਈਮ ਹੀ ਨਹੀਂ ਦਿੱਤਾ ਪੰਜ ਮਿੰਟ ਨਹੀਂ ਲੰਘੇ ਸਾਸ ਇਸ਼ਾਰਾ ਕਰਦੇ ਬਾਬਾ ਜੀ ਜ਼ਰੂਰੀ ਜਾਣਾ ਜਾਈਏ ਬਹਿਣਾ ਭਾਵੇਂ ਘੰਟਾ ਜ਼ਰੂਰੀ ਜਾਣਾ ਜਾਈਏ ਮਹਾਂਪੁਰਖ ਕਹਿੰਦੇ ਤੁਰੇ ਆ ਹੈ ਮਹਾਂਪੁਰਖ ਆਖੋ ਸਤਸੰਗ ਸਤਸੰਗ ਜੀਓ ਜਿਹੜਾ ਹਰ ਵੇਲੇ ਆਪਣੇ ਆਪ ਨੂੰ ਵੀ ਸੁਚੇਤ ਰੱਖਦਾ ਆਪਣੇ ਸੰਗੀਆਂ ਨੂੰ ਵੀ ਸੁਚੇਤ ਰੱਖਦਾ ਨਾਮ ਕਮਾਈ ਦੇ ਵਿੱਚ ਆਖੋ ਸਤਸੰਗ ਨਾਮ ਕਮਾਈ ਦੇ ਵਿੱਚ ਬਾਬਾ ਜੀ ਨੇ ਇਹੀ ਕਹਿਣਾ ਦਸ ਤੇਰਾ ਨਿਤਨੇਮ ਕਿੰਨਾ ਠੱਡ ਗੱਡੀਆਂ ਨੂੰ
ਛੱਡ ਦੌਲਤ ਨੂੰ ਛੱਡ ਜਿਹੜਾ ਤੇਰੇ ਕੋਲ ਬਹਿ ਕੇ ਬਹਿਣਾ ਮੈਂ ਕੀ ਲੈਣਾ ਦੇਣਾ ਉਹਦੇ ਨਾਲ ਆ ਦੱਸ ਕਿੰਨੀ ਕੁ ਦਰਗਾਹੀ ਟਿਕਟ ਇਕੱਠੀ ਕੀਤੀ ਆ ਸਭ ਨਾਲ ਕਿੰਨੀ ਕੁ ਟਿਕਟ ਇਕੱਠੀ ਕੀਤੀ ਬਿਨਾਂ ਟਿਕਟ ਦੇ ਜਹਾਜ਼ 'ਚ ਬਹਿ ਜਾਓਗੇ ਬਿਨਾਂ ਟਿਕਟ ਦੇ ਤੁਸੀਂ ਸ਼ਿਪ 'ਚ ਬਹਿ ਜਾਓਗੇ ਬਿਨਾਂ ਟਿਕਟ ਦੇ ਟ੍ਰੇਨ 'ਚ ਬਹਿ ਜਾਓਗੇ ਬਿਨਾਂ ਟਿਕਟ ਦੇ ਸਤਸੰਗ ਜੀ ਆਪਾਂ ਕਿਤੇ ਵੀ ਚਲੇ ਜਾ ਸਕਦੇ ਜਿੱਥੇ ਟਿਕਟ ਲੱਗਦੀ ਹੈ ਟਿਕਟ ਚਾਹੀਦੀ ਹੈ ਤੇ ਬਾਬਾ ਜੀ ਕਹਿੰਦੇ ਸਨ ਆ ਜਿਹੜੀ ਬਾਣੀ ਹੈ ਮੂਲ ਮੰਤਰ ਹੈ ਨਾ ਇਹ ਦਰਗਾਹ ਦੀ ਟਿਕਟ ਹੈ ਉਹ ਸਤਨਾਮ ਲੈ ਕੇ ਰੱਖਿਆ ਕਰੋ ਦਰਗਾਹੀ ਟਿਕਟ ਹੈ ਦਰਗਾਹੀ ਟਿਕਟ ਹੈ ਮੂਲ ਮੰਤਰ ਕਰਿਆ ਕਰੋ ਕਰਿਆ ਕਰੋ ਸੰਤ ਉਹ ਸੰਤ ਉਹ ਜਿਹੜਾ ਸਤਸੰਗਤ ਆਪ ਦਾ ਜਪਦਾ ਆਪਣੇ ਸੰਗੀਆਂ ਨੂੰ ਵੀ ਆਰੇ ਲਾਈ ਰੱਖਦਾ ਕੋ ਸਤਨਾਮ